ਸਤਿ ਸ਼੍ਰੀ ਅਕਾਲ ਜੀ। ਪਿਛਲੀ ਵੀਡੀਓ 'ਚ ਆਪਾਂ ਇੱਕ ਪ੍ਰੋਫਾਈਲ ਦੀ ਡਿਸਕਸ਼ਨ ਕੀਤੀ ਸੀ ਆਸਟ੍ਰੇਲੀਆ, ਜੋ ਕਿ ਬੱਚਾ ਰਿਫਿਊਜ਼ ਹੋ ਗਿਆ ਸੀ। ਉਸੇ ਤਰ੍ਹਾਂ ਇੱਕ ਵੀਡੀਓ ਆਪਾਂ ਕੈਨੇਡਾ ਦੀ ਪ੍ਰੋਫਾਈਲ 'ਤੇ ਕਰ ਰਹੇ ਹਾਂ। ਲਾਸਟ ਸਤੰਬਰ ਵਿੱਚ ਇੱਕ ਸਟੂਡੈਂਟ ਮੇਰੇ ਕੋਲ ਆਉਂਦਾ ਹੈ, ਕੈਨੇਡਾ ਜਾਣਾ ਚਾਹੁੰਦਾ ਹੈ, ਗ੍ਰੈਜੂਏਸ਼ਨ 2018 ਪਾਸ ਆਊਟ ਹੈ, ਉਹਦੀ ਲੋਕੇਸ਼ਨ ਪ੍ਰੈਫਰੈਂਸ ਹੈ ਵੀ ਵਿਨੀਪੈਗ ਹੀ ਜਾਣਾ, ਮੈਂ 6.5 ਬੈਂਡ ਹੈ, ਵਿਨੀਪੈਗ ਜਾਣਾ ਚਾਹੁੰਦਾ ਹੈ, ਬਟ ਉਹਦੇ ਵਿੱਚ ਕੀ ਪ੍ਰੋਬਲਮ ਹੈ। ਮੈਨੂੰ ਉਹਦੇ ਵਿੱਚ ਇੱਕ ਪ੍ਰੋਬਲਮ ਲੱਗੀ ਵੀ ਉਹਦੀ ਕੋਰਸ ਰੈਲੇਵੈਂਸੀ ਵਿਨੀਪੈਗ ਦੇ ਕਿਸੇ ਵੀ ਕਾਲਜ 'ਚ ਨਹੀਂ ਮੈਚ ਕਰ ਰਹੀ ਸੀ। ਸੋ ਉਸ ਬੱਚੇ ਨੂੰ ਮੈਂ ਇਹ ਕਿਹਾ ਵੀ ਤੇਰਾ ਓਨਟਾਰੀਓ ਜਾਂ ਵੈਨਕੂਵਰ 'ਚ ਆਪਾਂ ਸਹੀ ਕੋਰਸ ਸਿਲੈਕਸ਼ਨ ਨਾਲ ਵੀਜ਼ਾ ਲੈ ਸਕਦੇ ਹਾਂ, ਅਦਰਵਾਈਜ਼ ਉੱਥੇ ਜਾਣ 'ਚ ਤੇਰੇ ਪ੍ਰੋਫਾਈਲ 'ਚ ਬੜਾ ਰਿਸਕ ਹੈਗਾ, ਤੈਨੂੰ ਸਹੀ ਕੋਰਸ ਸਿਲੈਕਸ਼ਨ ਨਹੀਂ ਮਿਲਣੀਗੀ। ਸੋ ਬੱਚੇ ਦੀ ਵੱਲੋਂ ਇਹੀ ਜੈਸੀ ਵੀ ਮੇਰੇ ਵਿਨੀਪੈਗ ਮੇਰੇ ਰਿਸ਼ਤੇਦਾਰ ਰਹਿੰਦੇ ਆ, ਉੱਥੇ PR ਜਲਦੀ ਹੈ। ਸੋ ਕਹਿਣ ਦੀ ਗੱਲ ਹੈ ਵੀ ਤੁਹਾਡਾ ਜੇ ਕੋਰਸ ਰੈਲੇਵੈਂਟ ਨਹੀਂ ਗਾ ਤਾਂ ਤੁਹਾਨੂੰ ਗਲਤ ਏਜੰਟਾਂ ਵੱਲੋਂ ਇਹ ਕਿਹਾ ਜਾਂਦਾ ਵੀ ਇੱਥੇ ਅਪਲਾਈ ਕਰ ਲਓ, ਕੋਈ ਗੱਲ ਨਹੀਂ ਹੋ ਜੂਗਾ ਤੁਹਾਡਾ। ਸੋ ਉਸ ਬੱਚੇ ਨੂੰ ਮੈਂ ਮਨਾ ਕੀਤਾ ਵੀ ਤੁਹਾਡਾ ਵੀ ਇਸ ਜਗ੍ਹਾ 'ਤੇ ਮੈਂ ਵੀਜ਼ਾ ਨਹੀਂ ਲਗਵਾ ਸਕਦਾ। ਸੋ ਉਹ ਬੱਚਾ ਮੇਰੇ ਕੋਲੋਂ ਵਾਪਸ ਗਿਆ। ਉਸ ਤੋਂ ਬਾਅਦ ਕਿਸੇ ਹੋਰ ਕੰਸਲਟੈਂਟ ਕੋਲ ਉਹਨੇ ਅਪਲਾਈ ਕੀਤਾ ਵਿਨੀਪੈਗ ਦੇ ਕਿਸੇ ਕਾਲਜ 'ਚ, ਬੈਚਲਰ ਡਿਗਰੀ ਤੋਂ ਬਾਅਦ ਸਰਟੀਫਿਕੇਟ ਯਾਨੀ ਕਿ ਲੋਅਰ ਗਰਾਊਂਡ ਦੇ ਡਿਪਲੋਮੇ ਵਿੱਚ ਉਹਨੇ ਅਪਲਾਈ ਕੀਤਾ। ਉਸ ਬੱਚੇ ਦਾ ਇੱਕ ਵਾਰੀ ਨਹੀਂ, 3 ਵਾਰੀ ਵੀਜ਼ਾ ਰਿਫਿਊਜ਼ ਹੋਇਆ ਉਸੇ ਕੋਰਸ 'ਚ, ਸੇਮ ਲਗਾਤਾਰ 3 ਵਾਰੀ ਫਾਈਲ ਲਗਾਈ ਗਈ। ਸੋ 3 ਵਾਰੀ ਉਸ ਬੱਚੇ ਦਾ ਫਿਊਚਰ ਅਤੇ ਪੈਸਾ ਵੀ ਖਰਾਬ ਕੀਤਾ ਗਿਆ ਅਤੇ ਟਾਈਮ ਵੀ। ਉਹ ਬੱਚੇ ਨੇ ਮੈਨੂੰ ਆ ਕੇ ਦੁਬਾਰਾ ਦੱਸਿਆ ਵੀ ਸਰ ਤੁਸੀਂ ਮੈਨੂੰ ਕਿਹਾ ਸੀ ਵੀ ਤੁਹਾਡਾ ਵੀਜ਼ਾ ਨਹੀਂ ਲੱਗਣਾ। ਸੋ ਉਹੀ ਗੱਲ ਹੋਈ ਮੇਰੇ ਨਾਲ, ਮੇਰਾ 3 ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ। ਸੋ ਮੈਂ ਬੱਚੇ ਨੂੰ ਪੁੱਛਿਆ ਵੀ 1 ਵਾਰੀ ਤਾਂ ਰਿਫਿਊਜ਼ ਹੋ ਗਿਆ ਸੀ ਅਤੇ ਦੂਸਰੀ ਵਾਰ? ਕਹਿੰਦੇ ਸਰ, ਏਜੰਟ ਕਹਿੰਦਾ ਵੀ ਦੁਬਾਰਾ ਫਿਰ ਲਾ ਲੈਂਦੇ ਹਾਂ। ਤੀਜੀ ਵਾਰ ਅਸੀਂ ਸੋਚਿਆ ਚਲੋ ਹੁਣ ਲਾ ਕੇ ਦੇਖਦੇ ਹਾਂ, 6 ਈਚ ਬੈਂਡ ਆ। ਕਹਿੰਦੇ ਸਾਨੂੰ ਲੱਗਦਾ ਸੀ ਸਾਡਾ ਵੀਜ਼ਾ ਲੱਗ ਹੀ ਜਾਣਾ। ਸੋ ਉਸ ਤੋਂ ਬਾਅਦ ਮੈਂ ਕਿਹਾ ਵੀ ਹੁਣ? ਕਹਿੰਦੇ ਸਰ ਹੁਣ ਜਿੱਥੇ ਮਰਜ਼ੀ ਭੇਜ ਦਿਉ ਪਰ ਸਾਨੂੰ ਕੈਨੇਡਾ ਭੇਜ ਦਿਉ, ਜਿਹੜੇ ਮਰਜ਼ੀ ਕਾਲਜ 'ਚ ਭੇਜ ਦਿਉ, ਪਬਲਿਕ 'ਚ ਭੇਜ ਦਿਉ, ਪ੍ਰਾਈਵੇਟ 'ਚ ਭੇਜ ਦਿਉ, ਸਾਡਾ ਵੀਜ਼ਾ ਲੱਗਣਾ ਚਾਹੀਦਾ, ਸਾਡੇ ਤੋਂ ਪੈਸੇ ਵੀ ਜਿੰਨੇ ਮਰਜ਼ੀ ਲੈ ਲਓ। ਫਿਰ ਉਹੀ ਗੱਲ ਆ ਗਈ ਵੀ ਪਹਿਲਾਂ ਅਗਰ ਬੱਚਾ ਸੋਚਦਾ ਵੀ ਸਹੀ ਕੋਰਸ ਸਿਲੈਕਸ਼ਨ ਦੀ ਆਪਾਂ ਪਹਿਲਾਂ ਹੀ ਚੋਇਸ ਕਰੀਏ, ਸਿਟੀ ਦੀ ਛੱਡ ਕੇ ਜਾਂ ਕਾਲਜ ਨੂੰ ਛੱਡ ਕੇ ਪਹਿਲਾਂ ਉਸ ਰਸਤੇ ਚੱਲੀਏ ਵੀ ਜਿੱਥੇ ਤੁਹਾਡਾ ਕੋਰਸ ਰੈਲੇਵੈਂਟ ਆ ਪੁਰਾਣੀ ਪਿਛਲੀ ਪੜ੍ਹਾਈ ਦੇ ਨਾਲ, ਅਤੇ ਅੱਗੇ ਜੋ ਐਕਸਪੀਰੀਅੰਸ ਹੈ ਉਹਦੇ ਨਾਲ ਬਿਲਕੁਲ ਮੈਚ ਖਾਂਦਾ ਹੈ, ਤਾਂ ਹੀ ਅੱਗੇ ਤੁਰੋ। ਅਦਰਵਾਈਜ਼ ਇਹ ਏਜੰਟਾਂ ਦੇ ਚੱਕਰਾਂ ਵਿੱਚ ਨਾ ਫਸੋ ਵੀ ਇੱਥੇ ਵੀ ਹੋ ਜੂਗਾ, ਇੱਥੇ ਵੀ ਹੋ ਜੂਗਾ, ਇੱਥੇ ਵੀ ਹੋ ਜੂਗਾ। ਪਹਿਲਾਂ ਆਪਣੇ ਸਹੀ ਕੰਸਲਟੈਂਟ ਦੀ ਭਾਲ ਕਰੋ ਜਿਹਨੂੰ ਤੁਹਾਡੇ ਕੋਰਸ ਬਾਰੇ ਪ੍ਰੋਪਰ ਨੌਲੇਜ ਹੋਵੇ, ਤੁਹਾਡੇ ਕਾਲਜ ਬਾਰੇ ਨੌਲੇਜ ਹੋਵੇ, ਤੁਹਾਨੂੰ ਏਰੀਆ ਪ੍ਰੈਫਰੈਂਸ ਪਲੱਸ ਤੁਹਾਨੂੰ ਸਾਰਾ ਕੁਝ ਸਹੀ ਗਾਈਡ ਕਰੇ ਵੀ ਇਸ ਕੋਰਸ ਦੇ ਕੀ ਰੈਲੇਵੈਂਸੀ ਬਣਦੀ ਆ ਪੁਰਾਣੇ ਕੋਰਸ ਨਾਲ, ਅਤੇ ਅੱਗੇ ਵੀਜ਼ਾ ਰਿਫਿਊਜ਼ਲ ਜਾਂ ਵੀਜ਼ਾ ਸਕਸੈਸ ਹੋਣ 'ਚ ਕੀ ਬੈਨੀਫਿਟਸ ਹੈ, ਕੀ ਪ੍ਰੋਫਾਈਲਾਂ ਮੈਚ ਕਰਦੇ ਆ ਜਾਂ ਨਹੀਂ ਕਰਦੇ। ਸੋ ਉਸ ਬੱਚੇ ਦਾ ਵੀਜ਼ਾ ਲਾਸਟ ਸੈਚਰਡੇ ਨੂੰ ਸਾਡੇ ਆਫਿਸ 'ਚ ਤੁਸੀਂ ਲੱਗਿਆ ਆ ਕੇ ਦੇਖ ਸਕਦੇ ਹੋ, ਤੁਸੀਂ ਪ੍ਰੋਫਾਈਲ ਵੀ ਦੇਖ ਸਕਦੇ ਹੋ, ਪਲੱਸ ਉਸ ਬੱਚੇ ਦੀਆਂ ਰਿਫਿਊਜ਼ਲਾਂ ਤੱਕ ਦੇਖ ਸਕਦੇ ਹੋ, ਬੱਚੇ ਨੂੰ ਵੀ ਮਿਲ ਸਕਦੇ ਹੋ। ਸੋ ਇੱਦਾਂ ਹੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਵੀ ਗਲਤ ਕੋਰਸ ਸਿਲੈਕਸ਼ਨ ਕਰਕੇ ਆਪਣਾ ਵੀਜ਼ਾ ਨਾ ਰਿਫਿਊਜ਼ ਕਰਾਓ। ਜਲਦੀ ਦੇ ਚੱਕਰ 'ਚ ਇਹ ਨਾ ਸੋਚੋ ਵੀ ਮੈਨੂੰ ਫਲਾਨੇ ਇਨਟੇਕ 'ਚ ਹੀ ਜਾਣਾ ਸੀ, ਮੈਨੂੰ ਫਲਾਨੇ ਇਨਟੇਕ 'ਚ ਉਹ ਕੋਰਸ ਨਹੀਂ ਮਿਲਿਆ ਤਾਂ ਕਰਕੇ ਮੈਂ ਇਸ ਕੋਰਸ 'ਚ ਅਪਲਾਈ ਕੀਤਾ, ਮੈਨੂੰ ਫਲਾਨੀ ਸਿਟੀ 'ਚ ਜਾਣਾ ਸੀ ਜਾਂ ਮੇਰੇ ਰਿਸ਼ਤੇਦਾਰ ਕੋਲ ਹੀ ਜਾਣਾ ਸੀ। ਪਹਿਲਾਂ ਆਪਣਾ ਸਹੀ ਕੋਰਸ ਚੂਜ਼ ਕਰੋ, ਸਹੀ ਕੰਸਲਟੈਂਟ ਦੀ ਭਾਲ ਕਰੋ, ਚਾਹੇ ਕਿਸੇ ਤੋਂ ਵੀ ਵੀਜ਼ਾ ਲਗਵਾਓ, ਬਟ ਵਧੀਆ ਤਰੀਕੇ ਨਾਲ ਵੀਜ਼ਾ ਅਪਲਾਈ ਕਰੋ, ਪੈਸਾ ਅਤੇ ਟਾਈਮ ਨਾ ਖਰਾਬ ਕਰਿਓ, ਕਿਉਂਕਿ ਕੈਨੇਡਾ ਨੇ ਇਸ ਟਾਈਮ ਰਿਫਿਊਜ਼ਲ ਰੇਟ ਇੰਡੀਆ ਨੂੰ 57% ਕਰ ਦਿੱਤਾ, ਯਾਨੀ ਕਿ 100 ਫਾਈਲ 'ਚੋਂ 43 ਵੀਜ਼ੇ ਲੱਗ ਰਹੇ ਆ। ਸੋ ਅਗਰ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਕੈਨੇਡਾ ਤੋਂ 1 ਵਾਰੀ 2 ਵਾਰ, ਤੁਹਾਡੇ ਆਇਲਸ ਵਿੱਚੋਂ 6 ਈਚ ਬੈਂਡ ਨੇ, 6 ਈਚ, ਕਿਸੇ ਵਿੱਚੋਂ 6 ਈਚ ਤੋਂ ਘੱਟ ਨਹੀਂ ਬੈਂਡ,
ਤੁਸੀਂ ਸਾਡੇ ਕਿਸੇ ਵੀ ਆਫਿਸ 'ਚ ਜਾਓ ਅਤੇ ਆਪਣੀ ਪ੍ਰੋਫਾਈਲ ਡਿਸਕਸ ਕਰੋ। ਡਿਸਕਸ ਕਰਨ ਤੋਂ ਬਾਅਦ ਫਿਰ ਅਪਲਾਈ ਕਰੋ, ਅਦਰਵਾਈਜ਼ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰੋ 9216 9167। ਧੰਨਵਾਦ।